थोड़े तो सवाल पूछा सी कि पंजाब दे विच सनअत अते व्यापार दी हालत खस्ता होई है। जवाब हाँ चे तो टाइप करो ZPHS पेज दियो वाई ते ना देरी टाइप करो ZPHS पेज दियो एन ते अपने जवाब 5755 ते SMS कर दियो। इस वेले कॉल भी कर सकते हो 1800-1800-3535 ते। अमृतसर तो डॉक्टर पन्ना जी साढ़े नाल इस वेले जुड़ चुके ने। डॉक्टर पन्ना जी की कहना चाहोगे? ਅਸੀਂ ਕਹਿੰਦੇ ਹਾਂ ਜੀ ਜਿਹੜਾ ਇੰਨੇ ਐਜੂਕੇਸ਼ਨ ਅਦਾਰੇ ਖੁੱਲ ਗਏ ਨੇ, ਪ੍ਰਾਈਵੇਟ ਇੱਕ ਦੁਕਾਨਾਂ ਖੁੱਲ ਗਈਆਂ ਨੇ ਸਾਰੇ ਸਿਆਸੀ ਲੀਡਰਾਂ ਦੇ ਨੇ, ਲੇਕਿਨ ਉਹਨਾਂ ਬੱਚਿਆਂ ਨੂੰ ਜਿਹੜੇ ਉੱਥੋਂ ਐਜੂਕੇਸ਼ਨ ਪ੍ਰਾਪਤ ਕਰਦੇ ਨੇ ਉਹਨਾਂ ਵਾਸਤੇ ਕੋਈ ਜ਼ਰੀਆ ਨੇ ਕਿਤੇ ਆਪਣੀ ਸਰਵਿਸ ਲੈ ਸਕਣ, ਕਿਉਂਕਿ ਸਭ ਤੋਂ ਪਹਿਲਾਂ ਇਹਨਾਂ ਨੂੰ ਕੋਈ ਰੁਜ਼ਗਾਰ ਦਾ ਇੰਤਜ਼ਾਮ ਕਰਨਾ ਚਾਹੀਦਾ ਹੈ, ਬਾਅਦ 'ਚ ਖੋਲ੍ਹਣੇ ਚਾਹੀਦੇ ਸੀ ਸਰ। ਜੀ ਧੰਨਵਾਦ ਤੁਹਾਡਾ। ਤਾਂ ਰੁਜ਼ਗਾਰ ਜੋ ਹੈ ਉਹ ਨੌਜਵਾਨਾਂ ਨੂੰ ਦੇਣੇ ਚਾਹੀਦੇ ਨੇ, ਮੌਕੇ ਦੇਣੇ ਚਾਹੀਦੇ ਨੇ, ਇਹ ਸਾਡੇ ਕਾਲਰ ਨੇ ਦੱਸਿਆ। ਇਸ ਬਾਰੇ ਰਾਏ ਲਵਾਂਗੇ ਵੱਖ ਵੱਖ ਪਾਰਟੀਆਂ ਦੀ। ਇਸ ਦੇ ਨਾਲ ਹੀ ਸਵਾਲ ਜੋ ਹੈ ਟੀਵੀ ਸਕਰੀਨ ਤੇ ਫਲੈਸ਼ ਹੋ ਰਿਹਾ ਲਗਾਤਾਰ, ਮੈਸੇਜ ਦੇ ਜ਼ਰੀਏ ਤੁਸੀਂ ਰਾਏ ਦੇ ਸਕਦੇ ਹੋ। ਸਾਡੇ ਖਾਸ ਮਹਿਮਾਨ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਅਮਰਜੀਤ ਜੀ ਕਾਂਗਰਸ ਆਗੂ ਸਾਡੇ ਨਾਲ ਮੌਜੂਦ ਨੇ, ਤਰਲੋਚਨ ਸਿੰਘ ਲਾਲੀ ਜੀ ਆਪਣਾ ਪੰਜਾਬ ਪਾਰਟੀ ਦੇ ਮੌਜੂਦ ਨੇ, ਤੇ ਇਸ ਵੇਲੇ ਤੁਹਾਨੂੰ ਦੱਸ ਦਈਏ ਕਿ ਯਾਦਵਿੰਦਰ ਸਿੰਘ ਬੁੱਟਰ ਜੀ ਬੀਜੇਪੀ ਦੇ ਆਗੂ ਵੀ ਜੁੜ ਚੁੱਕੇ ਨੇ, ਤੇ ਜਗਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਸਾਡੇ ਨਾਲ ਇਸ ਵੇਲੇ ਜੁੜ ਮੌਜੂਦ ਨੇ। ਜਗਬੀਰ ਸਿੰਘ ਜੀ ਮੇਰਾ ਸਵਾਲ ਤੁਹਾਡੇ ਤੋਂ ਹੈ, ਕਿਉਂਕਿ ਹੁਣ ਤੱਕ ਜੋ ਇਲਜ਼ਾਮ ਲੱਗਦੇ ਆਏ ਨੇ ਕਿ ਪੰਜਾਬ ਦੇ ਵਿੱਚ ਜੇ ਸਨਅਤ ਦਾ ਖਾਤਮਾ ਹੋਇਆ ਤਾਂ ਉਸ ਲਈ ਅਕਾਲੀ ਦਲ ਜ਼ਿੰਮੇਵਾਰ ਹੈ, ਕੈਪਟਨ ਅਮਰਿੰਦਰ ਸਿੰਘ ਇਹ ਦਾਅਵਾ ਕਰ ਰਹੇ ਨੇ। ਜਗਬੀਰ ਸਿੰਘ ਜੀ ਮੇਰਾ ਸਵਾਲ ਤੁਹਾਡੇ ਤੋਂ ਹੈ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਜੋ ਸਨਅਤ ਦਾ ਖਾਤਮਾ ਹੋਇਆ ਉਸ ਦੇ ਲਈ ਜੋ ਹੈ ਅਕਾਲੀ ਦਲ ਹੀ ਜ਼ਿੰਮੇਵਾਰ ਹੈ। ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਜੀ ਪਹਿਲਾਂ ਆਪਣੇ ਪਿਛਲੇ ਸਮੇਂ ਨੂੰ ਯਾਦ ਕਰਨ ਜੀ। ਕੈਪਟਨ ਸਾਹਿਬ ਦੇ ਰਾਜ ਦੇ ਵਿੱਚ 72 ਘੰਟੇ ਦਾ ਪਾਵਰ ਕੱਟ ਸਾਨੂੰ ਇੰਡਸਟਰੀ ਵਾਲਿਆਂ ਨੂੰ ਇਹ ਨਹੀਂ ਸੀ ਸਮਝ ਲੱਗਦੀ ਕਿ ਅਸੀਂ ਇੰਡਸਟਰੀ ਚਲਾਈਏ, ਆਪਣੇ ਬੱਚਿਆਂ ਦਾ ਪੇਟ ਪਾਲੀਏ, ਜਾਂ ਅਸੀਂ ਆਪਣੇ ਮਜ਼ਦੂਰਾਂ ਨੂੰ ਮਜ਼ਦੂਰੀ ਦਈਏ। ਠੀਕ ਹੈ, ਸਾਡੇ ਆਰਡਰ ਕੈਂਸਲ ਹੋਏ, 1-20 ਯੂਨਿਟ ਬਿਜਲੀ ਪੈਦਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਰਾਜ ਦੇ ਵਿੱਚ ਨਹੀਂ ਕੀਤੀ। ਔਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਆਉਂਦਿਆਂ ਤਹੱਈਆ ਕੀਤਾ, ਅਸੀਂ ਆਪਣੀਆਂ ਪਿਛਲੀਆਂ ਦੋਵੇਂ ਟਰਮ ਦੇ ਵਿੱਚ ਅੱਜ ਪੰਜਾਬ ਨੂੰ ਪਾਵਰ ਸਰਪਲਾ ਸੂਬਾ ਬਣਾਇਆ। ਪਰ ਜਗਬੀਰ ਜੀ ਕੈਪਟਨ ਸਾਹਿਬ ਤਾਂ ਕਹਿ ਰਹੇ ਨੇ ਕਿ ਪੰਜਾਬ 'ਚ ਜੋ ਇੰਡਸਟਰੀ ਸੀ ਉਹ ਖਤਮ ਹੋਈ ਹੈ, ਪਰ ਇਸ ਦੇ ਨਾਲ ਜੋ ਇੰਡਸਟਰੀ ਸਥਾਪਿਤ ਕਰਨਾ ਚਾਹ ਰਹੇ ਸੀ ਉਹ ਲੋਕ ਇੱਥੇ ਆਏ ਨਹੀਂ, ਕਿਉਂਕਿ ਪੰਜਾਬ 'ਚ ਪਾਲਿਸੀਜ਼ ਹੀ ਨਹੀਂ ਸੀ, ਉਹਨਾਂ ਨੇ ਦੂਜਾ ਸੂਬਿਆਂ ਦਾ ਰੁੱਖ ਕਰ ਲਿਆ। ਇਹ ਗੱਲ ਕਿਸ ਤਰ੍ਹਾਂ ਮੰਨੀ ਜਾ ਸਕਦੀ ਹੈ ਜਿਸ ਵਿਅਕਤੀ ਨੇ ਆਪਣੇ ਰਾਜ ਦੇ ਦੌਰਾਨ ਇੰਡਸਟਰੀ ਦੀ ਸੁੱਧ ਨਹੀਂ ਲਈ? ਲੁਧਿਆਣੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਏ 5 ਸਾਲਾਂ 'ਚ ਇੱਕ ਵਾਰੀ ਕਿਸੇ ਕਲੱਬ ਦੇ ਵਿੱਚ ਬੈਠ ਕੇ ਤਾਸ਼ ਖੇਡਣ ਵਾਸਤੇ? ਠੀਕ ਹੈ, ਤੇ ਜੇ ਇਸ ਗੱਲ ਦਾ ਮੈਂ ਕੰਪੈਰੀਜ਼ਨ ਕਰਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਟੈਨਿਓਰ ਦੇ ਨਾਲ, ਸਾਡੀ ਇੰਡਸਟਰੀ ਨੂੰ ਜਦੋਂ ਲੋੜ ਪਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਹਾਜ਼ਰ ਨੇ, ਲੁਧਿਆਣੇ 'ਚ ਆ ਕੇ ਸਾਡੇ ਨਾਲ ਗੱਲ ਕਰ ਰਹੇ ਆ, ਸਾਨੂੰ ਚੰਡੀਗੜ੍ਹ ਬੁਲਾ ਕੇ ਗੱਲ ਕਰ ਰਹੇ ਆ। ਜਿੰਨੇ ਪੈਂਡਿੰਗ ਮਸਲੇ ਸੀ, ਮੈਂ ਜਿਸ ਬੈਲਟ ਨੂੰ ਬਿਲੋਂਗ ਕਰਦਾ ਇੰਡਸਟਰੀ ਦੀ ਬੈਲਟ ਹੈ, ਸਾਡੇ ਸਭ ਤੋਂ ਵੱਡਾ ਮਸਲਾ ਸੀ ਕਿ ਸਾਡੇ ਕਨੈਕਸ਼ਨ ਬੰਦ ਹੋਏ ਹੋਏ ਸੀ, ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਗੈਰ ਕਿਸੇ ਸ਼ਰਤ ਤੋਂ ਸਾਡੀ ਛੋਟੀ ਇੰਡਸਟਰੀ ਦੇ ਮਸੀਹਾ ਬਣ ਕੇ ਕਾਰਖਾਨੇ ਜੋ ਪੰਜਾਬ ਦੇ ਵਿੱਚ ਸਥਾਪਿਤ ਹੋ ਸਕਦੇ ਸਨ ਉਹ ਜਾਂ ਤਾਂ ਰਾਜਸਥਾਨ ਚਲੇ ਗਏ, ਛੱਤੀਸਗੜ੍ਹ ਚਲੇ ਗਏ ਤੇ ਉੜੀਸਾ ਚਲੇ ਗਏ, ਮੱਧ ਪ੍ਰਦੇਸ਼ ਚਲੇ ਗਏ। ਜੇ ਉਹੀ ਪੰਜਾਬ ਦੇ ਵਿੱਚ ਸਥਾਪਿਤ ਹੁੰਦੇ ਤਾਂ ਘੱਟੋ ਘੱਟ 20 ਲੱਖ ਨੌਕਰੀਆਂ ਪੰਜਾਬ 'ਚ ਹੋ ਜਾਂਦੀਆਂ ਨੌਜਵਾਨਾਂ ਦੇ ਲਈ। ਦੇਖੋ ਇੰਦਰਜੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹੂੰਗਾ ਕਿ ਇਲਜ਼ਾਮ ਲਗਾਉਣੇ ਜਿਹੜੇ ਆ ਉਹ ਬਹੁਤ ਸੌਖੇ ਆ ਔਰ ਕੰਮ ਕਰਨਾ ਬਹੁਤ ਔਖਾ,
कैप्टन अमरिंदर सिंह ने लगातार सवाए इल्जामां दी राजनीति तो होर कुछ नहीं किया अपने कार्यकाल दे विच। मैं कैप्टन साहब नूं इह गल याद करवाउणा चाहुंदा वां कि पिछले समय दे विच जदों इह मुख्यमंत्री रहे आ उस समय केंद्र दे विच वी इन्हां दे नाल इन्हां दी केंद्र दी सरकार रही आ। केंद्र सरकार कांग्रेस ने पंजाब दे नाल किड्डा वड्डा धोखा कीता या किड्डी वड्डी बेइंसाफी कीती जिहदी एग्जाम्पल असीं दे सकदे आ कि साडे गुआंढी सूबे दे विच हिमाचल प्रदेश दे विच इहो जिहियां पॉलिसीज़ लियांदियां एड्डा वड्डा पैकेज दित्ता गया जिहड़ा वके इंडस्ट्री नूं वधाउण वास्ते ते जिथे दे टैक्स जिहड़े आ घटा दिते गए इंडस्ट्री जिहड़ा बिजनेसमैन आ उहने ते अपना बिजनेस दा फायदा देखणा वा उस समय कई जिहड़े बिजनेसमैन अपने फायदे दे वास्ते जिहड़ा वा दूसरे स्टेटां दे विच इंडस्ट्री लैके गए। ते जे इन्हां दे कार्यकाल दी गल करिए ते बटाला मैं बटाले नाल संबंध रखदा वा साडे बटाला पंजाब दी सब तों वध इंडस्ट्री जिहड़ी आ गोविंदगढ़ तों पहली इंडस्ट्री बटाले नूं गिणिया जांदा सीगा ਉਥੋਂ ਦੇ ਇਹਨਾਂ ਦੇ ਹਰ ਵਾਰ MLA ਚੁਣੇ ਜਾਂਦੇ ਰਹੇ ਅਸ਼ਵਨੀ ਸ਼ੇਖੜੀ ਜੀ ਉਸ ਸਮੇਂ ਤੋਂ ਲੈ ਕੇ ਇੱਕ ਵੀ ਦੱਸ ਦੇਣ ਕਿ ਇਹਨਾਂ ਨੇ ਕਾਂਗਰਸ ਦੇ ਰਾਜ ਦੇ ਵਿੱਚ ਸਾਡੀ ਬਟਾਲੀ ਦੀ ਜਿਹੜੀ ਇੰਡਸਟਰੀ ਹੈ ਕਿੰਨਾ ਇਹਨੂੰ ਲਤਾੜ ਕੇ ਰੱਖਿਆ। ਇਸ ਕਰਕੇ ਅਸੀਂ ਤੇ ਇਹ ਸਮਝਦੇ ਹਾਂ ਵੀ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਦਾ ਵਿਕਾਸ ਕੀਤਾ ਵਾ ਪੰਜਾਬ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਗਏ ਆ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਸਿਰਫ ਇਲਜ਼ਾਮਾਂ ਦੀ ਰਾਜਨੀਤੀ ਕਰਦੇ ਪਏ ਆ। ਦੇਖੋ ਇੰਦਰਜੀਤ ਜੀ ਇਹ ਇਲਜ਼ਾਮ ਤਰਾਸ਼ੀਆਂ ਤਾਂ ਚੱਲਦੀਆਂ ਰਹਿਣੀਆਂ ਮੁੱਕਦੀ ਗੱਲ ਇਹ ਹੈ ਕਿ ਜੇ ਇਹੋ ਹੀ ਦੋਸ਼ ਲਾਉਣੇ ਨੇ ਕਿ ਪੰਜਾਬ ਲਈ ਇਹਨਾਂ ਨੇ ਕੀ ਕੀਤਾ ਅਤੇ ਉਹਨਾਂ ਨੇ ਕੀ ਕੀਤਾ ਮੁੱਕਦੀ ਗੱਲ ਸਿਰਫ ਇੰਨੀ ਕੁ ਆ ਕਿ ਹੁਣ ਤਾਂ ਜੋ ਅੱਜ ਨਾਰਾ ਪ੍ਰਧਾਨ ਮੰਤਰੀ ਜੀ ਨੇ ਕੱਲ੍ਹ ਕੋਟਕਪੂਰੇ ਮਾਰਿਆ ਅਤੇ ਹੁਣ ਤਰ੍ਹਾਂ ਤਰ੍ਹਾਂ ਦੇ ਰੇਡੀਓ 'ਤੇ ਚੱਲਦਾ ਪਿਆ ਉੱਪਰ ਥੱਲੇ ਸਰਕਾਰ ਸਾਡੀ ਹੋਵੇ ਅਤੇ ਫਿਰ ਅਸੀਂ ਆਹ ਕਰ ਲਵਾਂਗੇ ਅਤੇ ਉਹ ਕਰ ਲਵਾਂਗੇ। ਮੈਂ ਇਹਨਾਂ 'ਚੋਂ ਜਿਹੜੇ ਸਾਡੇ ਸਾਥੀ ਬੁਲਾ ਰਹੇ ਨੇ ਮੈਂ ਉਹਨਾਂ ਨੂੰ ਸਿਰਫ ਇੱਕੋ ਗੱਲ ਦੱਸਣੀ ਚਾਹੂੰਗਾ ਕਿ ਸਟੇਟ ਦੀ ਪਾਲਿਸੀ ਤਾਂ ਸਟੇਟ ਨੇ ਡਿਸਾਈਡ ਕਰਨੀ ਹੁੰਦੀ ਹੈ। 10 ਸਾਲ ਤੋਂ ਇੱਕ ਜ਼ਬਰਦਸਤ ਮੈਜੋਰਿਟੀ ਦੇ ਨਾਲ ਅਕਾਲੀ ਭਾਜਪਾ ਸਰਕਾਰ ਰਹੀ ਹੈ। ਇਹਨਾਂ ਨੇ ਕੀ ਉੱਦਮ ਕੀਤਾ ਉਹਦੇ ਬਾਰੇ ਹੁਣ ਹੋਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈਗੀ। ਇਹ ਐਵੇਂ ਬਹਾਨੇਬਾਜ਼ੀ ਹੈ ਕਿ ਹਰਿਆਣੇ 'ਚ ਚਲੇ ਗਈ, ਹਿਮਾਚਲ 'ਚ ਚਲੇ ਗਈ ਜਾਂ ਰਾਜਸਥਾਨ 'ਚ ਚਲੇ ਗਈ। ਜੇ ਹੁਣ ਕੇਂਦਰ ਦੇ ਪੈਕੇਜ ਦੀ ਗੱਲ ਕਰੀਏ ਤਾਂ 2.5 ਸਾਲ ਤੋਂ ਤਾਂ ਮੋਦੀ ਸਾਹਿਬ ਦੀ ਸਰਕਾਰ ਆ। ਅਸੀਂ ਖੇਤੀਬਾੜੀ ਦੀ ਗੱਲ ਕਰ ਲਈਏ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੈ, ਸਾਡੀਆਂ ਉਹ ਪੰਜਾਬ ਸਰਕਾਰ ਦੀਆਂ ਲਲਕੜੀਆਂ ਕਢਾਈਆਂ ਨੇ ਸਣੇ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਦੇ। ਪ੍ਰਧਾਨ ਮੰਤਰੀ ਨੇ ਇੱਕ ਕੈਸ਼ ਕ੍ਰੈਡਿਟ ਲਿਮਿਟ ਦੇਣੀ ਸੀ ਜਿਹੜਾ ਅਸੀਂ ਪੈਦਾ ਕਰਦੇ ਹਾਂ ਅਨਾਜ ਦੇਸ਼ ਲਈ, ਅਸੀਂ 45% ਤੋਂ ਵੱਧ ਸੈਂਟਰਲ ਪੂਲ ਲਈ ਜਾਂਦਾ, ਉਹ ਖਰੀਦਣ ਲਈ ਤਾਂ ਸਾਨੂੰ ਇਹਨਾਂ ਪੈਸੇ ਨਹੀਂ ਦਿੱਤੇ, ਇਹਨਾਂ ਇੰਡਸਟਰੀ ਲਾਉਣ ਲਈ ਸਾਨੂੰ ਪਤਾ ਨਹੀਂ ਕੀ ਦੇਣਾ ਅਤੇ ਕਿਹੜਾ ਵਿਤਕਰੇ ਦੀ ਗੱਲਾਂ ਕਰਦੇ ਨੇ। ਆਪਣੀ ਸਰਕਾਰ ਔਰ ਸਾਡੇ ਮਾਣਯੋਗ ਵਿੱਤ ਮੰਤਰੀ ਸਾਹਿਬ ਅੰਮ੍ਰਿਤਸਰ ਨਾਲ ਸੰਬੰਧ ਰੱਖਦੇ ਨੇ, ਉਹ ਇਹਨਾਂ ਹਾਲਾਤਾਂ ਦੇ ਵਿੱਚੋਂ ਲੰਘੇ ਨੇ, ਘੱਟੋ ਘੱਟ ਉਹੀ ਇਹਦੇ ਵੱਲ ਵੇਖ ਲੈਂਦੇ। ਠੀਕ ਹੈ, ਚੌਥੀ ਗੱਲ ਆ ਗਈ, ਬਾਰ ਬਾਰ ਕਹੀ ਜਾਂਦੇ ਨੇ ਪਾਵਰ ਸਰਪਲਸ ਸੂਬਾ ਹੈ, ਇਹ ਤਾਂ ਸਾਨੂੰ ਦੱਸ ਦੇਣ ਵੀ ਕਿੱਥੇ ਜਾਂਦੀ ਉਹ ਬਿਜਲੀ, ਕਿਤੇ ਗਾਂ ਪਾਕਿਸਤਾਨ ਨੂੰ ਤਾਂ ਨਹੀਂ ਕਰ ਦਿੱਤੀ ਇਹਨਾਂ ਨੇ ਐਕਸਪੋਰਟ ਜਾਂ ਦੂਜੇ ਰਾਜਾਂ ਨੂੰ ਚਲੇ ਜਾਂਦੀ ਹੈ, ਕੱਟ ਤੇ ਰੋਜ਼ ਲੱਗੇ ਹੁੰਦੇ ਸੀਗੇ, ਇਹ ਕਿੰਨੀ ਝੋਨੇ ਨੂੰ ਸਾਨੂੰ ਮਿਲੀ ਹੈ ਤੇ ਹੁਣ ਕਿੰਨੀ ਮਿਲੀ ਹੈ, ਇਹ ਆਪਾਂ ਨਾ ਗੱਲਾਂ ਕਰੀਏ, ਆਪਾਂ ਸਿਰਫ ਇੱਕ ਕੰਸਟਰਕਟਿਵ ਗੱਲ ਕਰੀਏ। ਠੀਕ ਹੈ, ਤਰਲੋਚਨ ਸਿੰਘ ਜੀ, ਮੇਰਾ ਸਵਾਲ ਹੁਣ ਤੁਹਾਡੇ ਤੋਂ, ਤੁਹਾਨੂੰ ਕੀ ਲੱਗਦਾ ਪੰਜਾਬ ਦੇ ਵਿੱਚ ਜੇ ਅਸੀਂ ਇੰਡਸਟਰੀ ਪ੍ਰਫੁੱਲਿਤ ਕਰਨੀ ਹੈ, ਰੋਜ਼ਗਾਰ ਵਧਾਉਣਾ ਹੈ, ਤਾਂ ਉਸ ਦੇ ਲਈ ਕੀ ਕੁਝ ਕਰਨ ਦੀ ਲੋੜ ਹੈ ਸਰਕਾਰਾਂ ਨੂੰ? ਦੇਖੋ ਪਹਿਲੀ ਗੱਲ ਤਾਂ ਇਹਨਾਂ ਨੂੰ ਡਿਫਾਈਨ ਕਰਨਾ ਪਏਗਾ ਪੰਜਾਬ ਦੀ ਜਿਹੜੀ ਨੌਜਵਾਨੀ ਹੁਨਰਮੰਦ ਹੈਗੀ ਆ। ਇੱਕ ਨੌਜਵਾਨੀ ਉਹ ਆ ਜਿਹਨਾਂ ਨੇ ਰਵਾਇਤੀ ਤੌਰ 'ਤੇ ਸਿੱਖਿਆ ਕੁਛ, ਜਿਵੇਂ ਕੋਈ ਇਲੈਕਟ੍ਰੀਸ਼ਨ ਦਾ ਕੰਮ ਕਰਦਾ, ਕੋਈ ਮੋਟਰ ਮਕੈਨਿਕ ਆ, ਉਹਨਾਂ ਨੂੰ ਮੈਨੂੰ ਲੱਗਦਾ ਵੀ ਉਹਨਾਂ ਦੀ ਇੱਕ ਵੋਕਲ ਇੰਟਰਵਿਊ ਲੈ ਕੇ ਉਹਨਾਂ ਨੂੰ ਸਰਟੀਫਾਈ ਕਰਨਾ ਚਾਹੀਦਾ ਰੁਜ਼ਗਾਰ ਵਧਾਉਣ ਲਈ। ਦੂਜੀ ਗੱਲ, ਮੈਂ ਖਾਸ ਕਰਕੇ ਜਿਹੜਾ ਰਾਜਨੀਤਿਕ ਪ੍ਰਭਾਵ ਸੰਤੀ ਇਕਾਈਆਂ ਦੇ ਵਿੱਚ ਆ ਉਹਨੂੰ ਮਨਫੀ ਕਰਨਾ ਚਾਹੀਦਾ, ਤਾਂ ਹੀ ਇੰਡਸਟਰੀ ਬਚੇਗੀ। ਜੇ ਰਾਜਨੀਤਿਕ ਬੰਦੇ ਜਿਹੜੇ ਨੇ, ਜਿਸ ਤਰ੍ਹਾਂ ਪਿਛਲੇ 10 ਸਾਲ ਦਾ ਵਰਤਾਰਾ ਰਿਹਾ ਸਰਕਾਰ ਦੇ ਵਿੱਚ, ਉਹ ਵੱਡੀਆਂ ਇੰਡਸਟਰੀਆਂ ਦੇ ਵਿੱਚ ਆਪਣੀ ਟੰਗ ਫਸਾਉਣਗੇ, ਲੱਤ ਫਸਾਉਣਗੇ, ਇੰਡਸਟਰੀ ਕਿਵੇਂ ਚੱਲੇਗੀ? ਜਾਂ ਸੰਤਕਾਰ ਨੂੰ ਰਾਜਨੀਤਿਕ ਬਣਾਉਣ ਦਾ ਜਿਹੜਾ ਕਲਾਕਾਰੀ ਸੀ ਉਹ ਅਕਾਲੀ ਦਲ ਨੇ ਕਰਕੇ ਵਿਖਾਈ ਹੈ। ਮੈਂ ਤੁਹਾਨੂੰ ਐਗਜ਼ਾਮਪਲ ਦੇ ਚੁੱਕਿਆ, ਹੋਰ ਵੀ ਬੜੀਆਂ ਹੈਗੀਆਂ ਉਦਾਹਰਨਾਂ ਨੇ। ਮੇਰੇ ਸੱਜਣ ਜਗਵੀਰ ਸਿੰਘ ਜੀ ਬੋਲਦੇ ਸੀ, ਮੰਡੀ ਗੋਬਿੰਦਗੜ੍ਹ ਬਹੁਤ ਵੱਡਾ ਇੰਡਸਟਰੀ ਹੱਬ ਸੀ ਲੋਹੇ ਦਾ, ਅਤੇ ਬਹੁਤ ਸਾਰੀਆਂ ਜੁਆਇੰਟਸ ਉੱਥੋਂ ਜਿਹੜੀਆਂ ਹੈਗੀਆਂ ਮਾਈਗ੍ਰੇਟ ਹੋ ਕੇ, ਮੈਂ ਪਹਿਲਾਂ ਵੀ ਦੱਸਿਆ, ਛੱਤੀਸਗੜ੍ਹ ਚਲੀਆਂ ਗਈਆਂ ਨੇ, ਬੱਦੀ ਚਲੀਆਂ ਗਈਆਂ ਨੇ, ਉੱਤਰਾਖੰਡ ਦੇ ਵਿੱਚ ਚਲੀਆਂ ਗਈਆਂ ਨੇ। ਇਕੱਲੀ ਬਿਜਲੀ ਸਰਪਲਸ ਕੀ ਕਰੋਗੇ ਜੇ ਇੰਡਸਟਰੀ ਨਹੀਂ ਹੋਊਗੀ ਥੱਲੇ? ਅਤੇ ਮੈਂ ਵਾਰ ਵਾਰ ਇਸ ਗੱਲ 'ਤੇ ਪ੍ਰੈਸ਼ਰਾਈਜ਼ ਕਰ ਰਿਹਾ ਪੰਜਾਬ ਦੇ, ਖਾਸ ਕਰਕੇ ਜਿਹੜਾ ਸਾਡੀ ਪਾਰਟੀ ਦਾ ਅਸੀਂ ਵਿਜ਼ਨ ਲੈ ਕੇ ਆਏ ਹਾਂ ਵੀ ਪੰਜਾਬ ਦੇ ਨੌਜਵਾਨਾਂ ਜਿਹੜੇ ਬਾਹਰ ਵੱਲ ਜਾ ਰਹੇ ਹਾਂ, ਸਭ ਤੋਂ ਪਹਿਲਾਂ ਉਹਨੂੰ ਰੋਕਣ ਦੀ ਲੋੜ ਹੈ। ਦੂਜੀ ਗੱਲ, ਰੁਜ਼ਗਾਰ ਤਾਂ ਦਿੱਤਾ ਨਹੀਂ,
ਉਹਦੇ ਨਾਲ ਜਿਹੜੀ ਹੈਗੀ ਹੈ ਨਸ਼ੇ ਦੀ ਆਮਦ ਜ਼ਰੂਰ ਹੋ ਗਈ ਉਹਦੇ ਵਿੱਚ ਜਿਸ ਪ੍ਰਕਾਰ ਦੀ ਕਾਰਵਾਈ ਭਾਈ ਭਾਈਵਾਲੀ ਸੀ ਜਦੋਂ ਤੱਕ ਰਾਜਨੀਤਿਕ ਹਿੱਸੇਦਾਰੀ ਤੈਅ ਹੁੰਦੀ ਰਹੇਗੀ ਕਿਸੇ ਰਾਜ ਦੇ ਵਿੱਚ ਉਦੋਂ ਤੱਕ ਮੈਂ ਸਮਝਦਾ ਕੋਈ ਸਨਤ ਪ੍ਰਫੁੱਲਤ ਨਹੀਂ ਹੋ ਸਕੀ ਮੇਰੇ ਮਿੱਤਰ ਨੇ ਪੁੱਤਰ ਸਾਹਿਬ ਜਗਵੀਰ ਸਿੰਘ ਜੀ ਦਾ ਜਗਵੀਰ ਸਿੰਘ ਜੀ ਦਾ ਜਵਾਬ ਲੈ ਲੈਣਾ ਮੈਂ ਸੁਖਬੀਰ ਬਾਦਲ ਜੀ ਕੋਲ ਜਾਵਾਂ ਉਸ ਤੋਂ ਪਹਿਲਾਂ ਜਗਵੀਰ ਜੀ ਜਗਵੀਰ ਜੀ ਕਿ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਸਨਤ ਹੈ ਜੋ ਸਾਡਾ ਵਪਾਰ ਸੀ ਉਸ ਨੂੰ ਬਚਾ ਨਹੀਂ ਸਕੀ ਬਿਲਕੁਲ ਝੂਠ ਮੈਂ ਖੁਦ ਸਨਅਤਕਾਰ ਹਾਂ ਐਕਸਪੋਰਟ ਕਰਦਾ ਹਾਂ ਔਰ ਮੇਰੇ ਨਾਲ ਨਾਲ ਮੈਂ ਸੂਈ ਮਸ਼ੀਨ ਇੰਡਸਟਰੀ ਦਾ ਪਿਛਲੇ 16 ਸਾਲ ਤੋਂ ਪ੍ਰੈਜ਼ੀਡੈਂਟ ਚੱਲੇ ਆ ਰਿਹਾ ਔਰ ਅਸੀਂ ਇਹਨਾਂ ਹੀ ਸਮਿਆਂ ਦੇ ਵਿੱਚ ਜਗਵੀਰ ਜੀ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੋ ਅਸੀਂ ਚਾਈਨਾ ਤੋਂ ਜਗਵੀਰ ਜੀ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੋ ਤਾਂ ਬਚੇ ਹੋਏ ਹੋ ਜਿਹੜਾ ਮਾੜਾ ਮੋਟਾ ਕੋਈ ਵਿਰੋਧੀ ਉਹਦਾ ਹਾਲ ਵੇਖੋ ਕੀ ਕੀਤਾ ਹੋਇਆ ਥੱਲੇ ਬਿਲਕੁਲ ਬਿਲਕੁਲ ਝੂਠ ਕੋਈ ਨਾ ਨਾ ਕੋ ਫੋਟੇ ਐਕਸ਼ਨ ਆ ਰਿਹਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਹੋ ਪੰਜਾਬ ਦੀ ਮਾਂ ਮਿੱਟੀ 'ਚ ਪੈਦਾ ਹੋਏ ਹੋ ਪੰਜਾਬ ਦੀ ਮਾਂ ਮਿੱਟੀ ਦਾ ਮੋਹ ਤਾਂ ਰੱਖ ਲਓ ਕੱਲੇ ਰਾਜ ਭਾਗ ਪਿੱਛੇ ਪੰਜਾਬ ਨੂੰ ਤਾਂ ਰੋਕ ਮਾਉਣ ਲੱਗ ਗਏ 133 ਪਾਈਪ ਪਲਾਟ ਬੰਦ ਹੋਏ ਨੇ ਜਿਹੜੇ ਮਾਈਗ੍ਰੇਟ ਕਰਕੇ ਨੇ ਪੰਜਾਬ ਦੇ ਵਿੱਚ ਗੱਲਾਂ ਕਿਹੜੀਆਂ ਕਰਦੇ ਨੇ ਸਿਆਣੇ ਸਿਆਣੇ ਕੋਈ ਸੰਤਕਾਰ ਹੋ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਹ ਗੱਲਾਂ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰੋ ਦਾ ਭਵਿੱਖ ਪੰਜਾਬ ਦਾ ਭਵਿੱਖ ਬਚਾਇਆ ਅਸੀਂ ਆ ਤੁਸੀਂ ਕਹਿੰਦੇ ਹੋ ਬਿਜਲੀ ਪਾਕਿਸਤਾਨ ਜਾਂਦੀ ਹੈ ਲੋਕਾਂ ਦੀਆਂ ਚੀਕਾਂ ਕਰਾਈਆਂ ਨਾ ਵਪਾਰੀਆਂ ਦੀਆਂ ਸਾਰਾ ਲੁਧਿਆਣਾ ਸ਼ਹਿਰ ਨੂੰ ਦੇਖੋ ਸਾਡੇ ਕੋਲ ਇੱਕ ਦਿਨ ਦਾ ਪਾਵਰ ਕੱਟ ਨਹੀਂ ਅਸੀਂ ਮੁਕਾਬਲਾ ਕਰ ਰਹੇ ਹਾਂ ਦੁਨੀਆ ਦਾ ਔਰ ਮੈਂ ਐਕਸਪੋਰਟ ਵੀ ਕਰਦਾ ਹਾਂ ਮੈਂ ਐਕਸਪੋਰਟ ਦੇ ਵਿੱਚ ਚਾਈਨਾ ਨੂੰ ਮਾਤ ਦਿੱਤੀ ਹੈ ਔਰ ਮੇਰੇ ਨਾਲ ਮੇਰੀ ਇੰਡਸਟਰੀ ਦੇ ਵਿੱਚ 1008 ਫੈਕਟਰੀਆਂ ਨੇ ਬਾਹਰ ਟੂਰ ਤੇ ਲੈ ਕੇ ਜਾਂਦੇ ਆ ਪੰਜਾਬ ਤਰੱਕੀ ਕਰ ਰਿਹਾ ਭਰਾਓ ਆਹ ਨੂੰ ਕਾਲੇ ਦੌਰ ਵੱਲ ਤੁਸੀਂ ਧੱਕਿਆ ਸੀ ਅਸੀਂ ਮਿਹਨਤ ਕਰਕੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਮਿਹਨਤ ਕਰਕੇ ਪੰਜਾਬ ਨੂੰ ਬਾਹਰ ਲੈ ਕੇ ਆਂਦਾ ਚੀਮਾ ਸਾਹਿਬ ਕੁਝ ਕਹਿ ਰਹੇ ਨੇ ਚੀਮਾ ਸਾਹਿਬ ਤੁਸੀਂ ਗੋਬਿੰਦਗੜ੍ਹ ਦੀ ਇੰਡਸਟਰੀ ਦੀ ਗੱਲ ਕਰਦੇ ਹੋ ਮੈਂ ਜੀ ਇਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਗੋਬਿੰਦਗੜ੍ਹ ਦੀ ਇੰਡਸਟਰੀ ਵਾਲੀ ਗੱਲ ਦੱਸਿਓ ਸਾਡੇ ਭਾਈ ਇੰਡਸਟਰੀ ਰਿਵਾਈਵ ਹੋਈ ਹੈ ਗੱਲ ਦੀ ਉਹ ਇੰਡਸਟਰੀ ਸਿਰਫ ਸਾਡੇ ਟੈਨਿਓਰ ਚ ਰਿਵਾਈਵ ਹੋਈ ਹੈ ਠੀਕ ਹੈ ਜਗਵੀਰ ਜੀ ਠੀਕ ਹੈ ਚੀਮਾ ਜੀ ਸ਼ਾਇਦ ਇਸ ਨਾਲ ਸਹਿਮਤ ਨਹੀਂ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜਗਵੀਰ ਜੀ ਵੇਰਕਾ ਦਾ ਦੁੱਧ ਸਪਲਾਈ ਹੁੰਦਾ ਸੀ ਦਿੱਲੀ ਤੇ ਸ਼ਿਮਲੇ ਦੇ ਵਿੱਚ ਮੈਂ ਆਮ ਗੱਲ ਉਹਨੂੰ ਪੁੱਛਦਾ ਹੁਣ ਕਿਉਂ ਨਹੀਂ ਸਪਲਾਈ ਹੁੰਦਾ ਗੁਜਰਾਤ ਤੋਂ ਆ ਕੇ ਅਮੁੱਲ ਦਾ ਪਲਾਂਟ ਦਾ ਪੰਜਾਬ ਦੇ ਵਿੱਚ ਮਦਰ ਇੰਡੀਆ ਦਾ ਤਾਂ ਕਾਮਯਾਬ ਹੋ ਗਿਆ ਤੁਹਾਡੇ ਵਾਲਾ ਘਾਟੇ 'ਚ ਇਹ ਪਿਛਲੇ 10 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਆ ਤੇ ਮੈਂ ਜੇ ਇੰਨੇ ਤੁਸੀਂ ਸਿਹਤ ਦਿਉਂਦੇ ਤੇ ਪੰਜਾਬ ਦਾ ਜਿਹੜਾ ਦਿਖਾਓ ਕਿੱਥੇ ਆ ਲਿਆਓ ਅੰਕੜੇ ਦਿਖਾਓ ਕੇਵਲ ਬਦਨਾਮ ਕਰਨ ਦਾ ਯਤਨ ਨਾ ਕਰੋ ਹਾਲ ਵੇਖੋ ਕੀ ਕੀਤੇ ਹੋਏ ਨੇ ਕੇਵਲ ਬਦਨਾਮ ਨਾ ਕਰੋ ਅੰਕੜੇ ਦਿਖਾਓ ਅੰਕੜੇ ਵੇਰਕਾ ਤੁਹਾਡੇ ਕੋਲੇ ਆ ਸਹਿਕਾਰੀ ਸੰਸਥਾ ਲਗਾਤਾਰ ਘਾਟੇ 'ਚ ਜਾ ਰਹੀ ਹੈ ਮੈਨੂੰ ਦੱਸ ਦਿਓ ਅੰਕੜੇ ਦਿਖਾਓ ਅੰਕੜੇ ਦੇ ਦਿੰਦਾ ਜੇ ਤੁਸੀਂ ਵਾਧੇ 'ਚ ਲੈ ਕੇ ਗਏ ਵੇਰਕਾ ਸਰਕਾਰੀ ਸੰਸਥਾ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਦੁਨੀਆ ਦੇ ਵਿੱਚ ਨਾਂ ਸੀ ਤੁਸੀਂ ਉਹ ਥੱਲੇ ਲੈ ਗਏ ਪੰਜਾਬ 'ਚ ਰੋਜ਼ਗਾਰ ਲਿਆਂਦਾ ਅਸੀਂ ਅਮੁੱਲ ਲਿਆਂਦੀ ਨਸਲੇ ਲਿਆਂਦੀ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ ਠੀਕ ਹੈ ਸੁਖਬੀਰ ਬਾਜਵਾ ਜੀ ਮੈਂ ਆਪਣੇ ਵੀਰਾਂ ਨੂੰ ਇੱਕ ਬੇਨਤੀ ਕਰਾਂ ਉਹਦੇ ਤੁਹਾਡਾ ਕੀ ਯੋਗਦਾਨ ਹੈ ਮੈਂ ਮੇਰੀ ਗੱਲ ਸੁਣ ਲਿਓ ਪੰਜਾਬੀਆਂ ਦਾ ਇੱਕ ਜਹਾਜ਼ ਪੇਲੀਆਂ ਨੂੰ ਜਾਂਦਾ ਲੈ ਕੇ ਆ ਮੁੱਦਾ ਪੰਜਾਬ ਤੇ ਦੁਬਈ ਨੂੰ ਜਾਂਦਾ ਇਹ ਤੋਂ ਪਤਾ ਲੱਗਦਾ ਸਿੱਧੀਆਂ ਗੱਲਾਂ ਕਰਿਆ ਕਰੋ ਨਾ ਕਰੋ ਆ ਜਿਹੜੀਆਂ ਆਪਾਂ ਗਮਰਾਹ ਕਰਨ ਵਾਲੀਆਂ ਗੱਲਾਂ ਇਹਨਾਂ ਪਲੀਜ਼ ਕਰੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਲਗਾਤਾਰ ਪੰਜਾਬ ਦੀ ਤਰੱਕੀ ਤੁਸੀਂ ਦਾਵਾ ਕਰਦਾ ਦੇ ਵਿਰੋਧੀਆਂ ਦੇ ਇਲਜ਼ਾਮ ਲਗਾ ਕੇ ਮੈਂ ਤਰੱਕੀ ਦੇ ਉੱਤੇ ਮੈਂ ਜ਼ਰੂਰ ਇੱਕ ਰਾਏ ਸੁਖਬੀਰ ਬਾਜਵਾ ਦੀ ਜੀ ਲੈਣਾ ਚਾਹੂੰਗੀ ਕਿਉਂਕਿ ਉਹ ਸੀਨੀਅਰ ਪੱਤਰਕਾਰ ਨੇ ਤਾਂ ਇੱਕ ਕਲੀਅਰ ਵਿਜ਼ਨ ਉਹਨਾਂ ਤੋਂ ਵੀ ਜ਼ਰੂਰ ਸਮਝਣਾ ਚਾਹਾਂਗੇ ਸੁਖਬੀਰ ਬਾਜਵਾ ਜੀ ਜੇ ਪੰਜਾਬ ਦੇ ਵਿੱਚ ਅਸੀਂ ਰੋਜ਼ਗਾਰ ਦੇ ਸਾਧਨ ਵਧਾਉਣੇ ਨੇ ਪੰਜਾਬ ਦੇ ਵਿੱਚ ਅਸੀਂ ਚਾਹੀਏ ਕਿ ਨੌਜਵਾਨਾਂ ਨੂੰ ਨੌਕਰੀ ਮਿਲੇ ਕਿਉਂਕਿ ਹਰ ਪਾਰਟੀ ਨੌਕਰੀ ਦੇਣ ਦਾ ਦਾਵਾ ਜ਼ਰੂਰ ਕਰ ਰਹੀ ਹੈ ਤਾਂ ਉਸਦੇ ਲਈ ਕੀ ਬਦਲਾਅ ਕਰਨ ਦੀ ਲੋੜ ਹੈ ਦੇਖੋ ਜੀ ਹੁਣ ਮੌਜੂਦਾ ਸਰਕਾਰ ਜਿਹੜੀ ਹੈਗੀ ਆ ਉਸਨੇ ਆਪਣਾ ਕਿਹਾ ਕਿ 20 ਲੱਖ ਰੁਜ਼ਗਾਰ ਆਪਾਂ ਯੂਥ ਨੂੰ ਦੇਵਾਂਗੇ ਆਪਾਂ ਜੀ ਅਤੇ ਇਸਦਾ ਹੀ ਜਿਹੜੇ ਹੈਗੇ ਨੇ ਬਾਕੀ ਵੀ ਜਿਹੜੀਆਂ ਹੈਗੀਆਂ ਨੇ ਕੋਈ 50 ਲੱਖ ਨੂੰ ਖੈਰ ਕਹਿੰਦੇ ਪਏ ਨੇ ਮਤਲਬ ਕਿ ਇਹਨਾਂ ਦੇ ਜਿਹੜੇ ਅੰਕੜੇ ਆ ਰਹੇ ਆ ਉਹ ਇੰਨੀ ਗੱਲ ਆ ਕਿ ਜਿੰਨੇ ਪਹਿਲਾਂ ਬੱਚੇ ਇੱਥੇ ਪੜ੍ਹਦੇ ਪਏ ਨੇ ਜਿੰਨੇ ਉੱਥੇ ਡਿਗਰੀ ਹੋਲਡਰ ਪਾਸ ਹੋ ਰਹੇ ਆ ਕਿ ਉਹਨਾਂ 'ਚੋਂ ਤਕਰੀਬਨ ਸਾਰੇ ਤੋਂ ਚਲੋ ਬਾਹਰ ਰੁਕ ਤਾਂ ਕਰਦੇ ਨੇ ਕਿਉਂਕਿ ਹੋ ਜਾਏ ਲੇਕਿਨ ਫਿਰ ਵੀ ਜਿਹੜੀ ਆ ਇੰਪਲੋਇਮੈਂਟ ਦੀ ਜਿਹੜੀ ਆ ਇਹਨਾਂ ਨੂੰ ਆਪਣੀ ਇੱਕ ਪੋਲਿਸੀ ਬਣਾਉਣੀ ਚਾਹੀਦੀ ਹੈ ਇਹ ਗੱਲ ਦੋ ਇਹ 'ਚ ਕੋਈ ਦੋ ਰਾਏ ਨਹੀਂ ਕਿ ਵੀ ਤੁਸੀਂ ਹਰ ਇੱਕ ਨੂੰ ਸਰਕਾਰੀ ਨੌਕਰੀ ਪ੍ਰੋਵਾਈਡ ਨਹੀਂ ਕਰ ਸਕਦੇ ਲੇਕਿਨ ਆਪਾਂ ਉਹ ਕਰ ਸਕਦੇ ਹਾਂ ਕਿ ਜਿਹੜਾ ਸਕਿੱਲ ਐਜੂਕੇਸ਼ਨ ਜਾਂ ਕੋਈ ਇੱਦਾਂ ਦਾ ਆਪਾਂ ਰੁਜ਼ਗਾਰ ਬੱਚੇ ਪੈਦਾ ਕਰ ਦਈਏ ਤਾਂ ਕਿ ਆਪਣੀ ਰੋਜ਼ੀ ਰੋਟੀ ਚਲਾ ਸਕੇ ਹਰ ਕੋਈ ਪਿੰਡ 'ਚੋਂ ਪੜ੍ਹ ਕੇ ਆਇਆ ਬੱਚਾ ਜਾਂ ਕੋਈ ਹੋਰ ਹੈ ਉਹ ਇਹ ਨਹੀਂ ਚਾਹੁੰਦਾ ਕਿ ਮੈਂ ਅੱਜ ਆਪਣੀ ਵੱਡੀ ਸੈਕਿੰਡ ਇੰਡਸਟਰੀ ਲੈਣੀ ਹੈ ਉਹ ਇੰਨਾ ਕੁ ਚਾਹੁੰਦਾ ਕਿ ਮੇਰਾ ਇੰਨਾ ਕੁ ਮੈਨੂੰ ਕੁਛ ਮਿਲ ਜਾਵੇ ਜਿਹਦੇ ਨਾਲ ਮੈਂ ਕਰਦਾ ਯੂਥ ਨੂੰ ਤੁਹਾਨੂੰ ਚਾਹੇ ਸਬਸਿਡੀ ਤੌਰ 'ਤੇ
चाहे उन्होंने कुछ खोजना तो प्रोजेक्ट्स लेके आने पैणगे जिदा हुण दसदे पे सी अपना कहिंदे जसबीर जी के भी उन्होंने किन्ने किन्ने लोग इन्हों के मतलब के अजे सरकार मतलब के इंडस्ट्री च इन्हों के कोई वर्कर है जो बाहर जाते करते हैं मैं सब उन्हें कहना चाहवागा भी आप सारे पोलीटिकल पार्टीज़ को इस चीज़ पर ना जाइए आप किंतु परंतु करिए किसी इल्जाम लाइए कुछ करिए आके लेकिन सब तो वड्डी बेरोजगारी दे विच बेरोजगारी बेरोजगारी दे चक्कर के बच्चे जो नशे दे विच उतरे ने आके हालत खस्ता हुई है मैसेज के जरिए जो राय साढ़े तक पहुंची असी तुहाडे नाल सांझी कर रहे हैं 96% दर्शकों ने हाँ च जवाब दिते यानी कि 96% दर्शक मंदे ने कि सन्नत अते व्यापार की हालत जो है खस्ता हुई है जबकि 4% दर्शक इस नाल सहमत नहीं है असी भी चाहते हैं कि सन्नत जो है वह प्रफुल्लित होवे क्योंकि इस नाल रोजगार के साधन ते नौजवानों नूं रोजगार दे विच वाधा मिलेगा फिलहाल दे लई मुद्दे की बात चने इजाजत दियो धन्यवाद